ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੇਤੀ ਕਾਨੂੰਨਾਂ ਦੇ ਰੇੜਕੇ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਅਜੇ ਵੀ ਜਾਰੀ ਹੈ ਤੇ ਇਸ ਦੇ ਨਾਲ ਹੀ NIA ਵੱਲੋਂ ਕਿਸਾਨ ਲੀਡਰਾਂ, ਕੁਝ ਕੁ ਪੱਤਰਕਾਰਾਂ ਅਤੇ ਸਮਾਜ ਸੇਵੀਆਂ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ, ਜਿਸ ਨੂੰ ਲੈ ਕੇ ਵੱਖ ਵੱਖ ਕਿਸਾਨ ਲੀਡਰਾਂ ਵੱਲੋਂ ਵੱਡੇ ਬਿਆਨ ਦਿੱਤੇ ਜਾ ਰਹੇ ਹਨ ਤੇ ਹੁਣ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਲਿਖ ਕੇ ਸਭ ਨਾਲ ਇਹ ਸਾਂਝਾ ਕੀਤਾ ਹੈ। ਉਹਨਾਂ ਨੇ ਆਪਣੀ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਪਿਆਰੇ ਭਰਾਵੋ, ਭੈਣੋ ਅਤੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਬਾਰਡਰਾਂ ਤੇ ਸਭ ਕੁਝ ਗੁਰੂ ਦੇ ਭਾਣੇ ਵਿੱਚ ਹੋ ਰਿਹਾ ਹੈ। ਉਹ ਹੀ ਸਾਡਾ ਮਾਰਗਦਰਸ਼ਕ ਹੈ ਅਤੇ ਉਹ ਹੀ ਸਾਡਾ ਆਸਰਾ ਹੈ। ਸਾਡੀ ਮਨਸ਼ਾ ਬਿਨਾਂ ਕਿਸੇ ਵੱਡੇ ਨੁਕਸਾਨ ਦੇ ਫਤਿਹ ਹਾਸਲ ਕਰਨਾ ਹੈ। ਅਜੋਕੇ ਯੁੱਗ ਵਿੱਚ ਉਹੀ ਸੰਘਰਸ਼ ਕਾਮਯਾਬ ਹੋ ਨਿਬੜਦੇ ਹਨ ਜੋ ਸ਼ਾਂਤਮਈ ਅਤੇ ਪੂਰ ਅਮਨ ਹੁੰਦੇ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਡੇ ਸੰਘਰਸ਼ ਨੂੰ ਲੀਹੋ ਲਾਇਆ ਜਾਵੇ ਤਾਂ ਜੋ ਉਹ ਲਾਠੀ ਗੋਲੀ ਅਤੇ NIA ਵਰਗੀਆਂ ਏਜੰਸੀਆਂ ਰਾਹੀਂ ਇਸ ਨੂੰ ਬਿਖੇਰ ਸਕਣ ਅਤੇ ਦਬਾ ਸਕਣ। ਸਾਡਾ ਏਕਾ ਤੇ ਇਤਫਾਕ ਹੀ ਸਾਡੀ ਢਾਲ ਹੈ। ਸਰਕਾਰ ਅਤੇ ਇਸਦਾ ਪਾਲਤੂ ਮੀਡੀਆ ਸਾਡੇ ਵਿੱਚ ਫੁੱਟ ਦੇ ਬੀਜ ਬੀਜਣ ਦੀ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਨੂੰ ਆਪਸ ਵਿੱਚ ਲੜਾਉਣ, ਨਿਸ਼ਾਨੇ ਤੋਂ ਖੁਝਾਉਣ ਦੀ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਨਾਵਾਂ ਤੇ ਤੱਥਾਂ ਨੂੰ ਤੋੜ ਮਰੋੜ ਕੇ ਗਲਤ ਅਤੇ ਗੁੰਮਰਾਹਕੁੰਨ ਰਿਪੋਰਟਿੰਗ ਕੀਤੀ ਜਾ ਰਹੀ ਹੈ। ਅਜਿਹੀ ਰਿਪੋਰਟਿੰਗ ਦਾ ਮਕਸਦ ਭਰਮ ਭੁਲੇਖੇ ਪਾ ਕੇ ਮੂਵਮੈਂਟ ਨੂੰ ਬਖੇਰਨਾ ਹੁੰਦਾ ਹੈ। ਇਸ ਸੰਬੰਧੀ ਸਮਝਣਯੋਗ ਗੱਲ ਇਹ ਹੈ ਕਿ ਸਾਰੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਤੈਅ ਹੁੰਦੇ ਹਨ ਅਤੇ ਪ੍ਰੋਗਰਾਮ ਦੀ ਨਿੱਕੀ ਤੋਂ ਨਿੱਕੀ ਬਰੀਕੀ ਬਾਰੇ ਡਿਟੇਲ ਵਿੱਚ ਡਿਸਕਸ਼ਨ ਹੁੰਦੀ ਹੈ ਅਤੇ ਸਾਂਝੇ ਫੈਸਲੇ ਤੇ ਪਹੁੰਚਿਆ ਜਾਂਦਾ ਹੈ। ਅਜਿਹੇ ਫੈਸਲਿਆਂ ਬਾਰੇ ਪ੍ਰੈਸ ਨੂੰ ਸਾਂਝੇ ਤੌਰ ਤੇ ਬਰੀਫ ਕੀਤਾ ਜਾਂਦਾ ਹੈ। 26 ਜਨਵਰੀ ਦੇ ਟਰੈਕਟਰ ਮਾਰਚ ਦੀ ਰੂਪਰੇਖਾ, ਰੂਟ ਇਤਿਆਦਿ ਬਾਰੇ ਫੈਸਲਾ 17 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਣਾ ਹੈ। ਇਸ ਸੰਬੰਧੀ ਭਰਮ ਭੁਲੇਖੇ ਪਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ। ਸਾਡੇ ਸੰਘਰਸ਼ ਦਾ SFJ ਆਦਿ ਨਾਲ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਜਿਨ੍ਹਾਂ ਸੱਜਣਾਂ ਨੂੰ ਇਸ ਸੰਘਰਸ਼ ਕਰਕੇ NIA ਵੱਲੋਂ ਨੋਟਿਸ ਮਿਲੇ ਹਨ, ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਨਾਲ ਖੜਾ ਹੈ। ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਅੰਤ ਵਿੱਚ ਇੱਕ ਵਾਰ ਫੇਰ ਬੇਨਤੀ ਕੀਤੀ ਹੈ ਕਿ ਫੁੱਟ ਪਾਓ, ਤਾਕਤਾਂ ਤੋਂ ਸਾਵਧਾਨ ਰਹੋ ਅਤੇ ਉਹਨਾਂ ਨੂੰ ਮੂੰਹ ਨਾ ਲਾਓ। ਦੱਸ ਦਈਏ ਕਿ ਬਲਬੀਰ ਸਿੰਘ ਰਾਜੇਵਾਲ ਦਾ ਇਹ ਵੱਡਾ ਬਿਆਨ NIA ਦੀ ਕਾਰਵਾਈ ਤੋਂ ਬਾਅਦ ਸਾਹਮਣੇ ਨਿਕਲ ਕੇ ਆਇਆ ਹੈ। ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।